अपने घर हो गया तो पुत हो जाए तो दूजे पड़ोसी ने घर हो जाए कुछ मजा आ जाए मजा आ जाए सबद का भले कॉन्सेप्ट बन चुका है। सिख की परिभाषा नहीं है जीवन का बहुत बड़ा सच है। जीवन जो कर लो तो गल बन जाती है। असि पढ़ाते और उसको पहले जब कॉलेज होता सी उधर की ट्रेनिंग सी मैं
हमें दसेगा कि कॉलेज की स्ट्रेंथ की है तो गलती जिस कॉलेज अभी जुड़े हाँ यदि स्ट्रेंथ भी पता है ना कि स्ट्रेंथ है यदि छाई की है यदि स्ट्रॉन्ग पॉइंट्स की है जो किसे उचनी है बस है अदालत आज की स्थिति बोलो खड़े हो गए ਤੁਸੀਂ ਕੀ ਕਹਿੰਦੇ ਹੋ ਸਰ ਕੀ ਸਟੈਂਥ ਸਾਡੀ ਇਹ ਕੁਝ ਬੋਲਣਾ ਸੀਗਾ ਜੀ ਇਹ ਜੋ ਬੋਲਣਾ ਸੀ ਗੁਰਮਤ ਜੀ ਵਿਚਾਰਧਾਰਾ ਨੂੰ ਤੇ ਸ਼੍ਰੋਮਣੀ ਕਮੇਟੀ ਪਾਤਰ ਤੋਂ ਪ੍ਰਮਾਣ ਚਾਹੇ ਤਾਂ ਜ਼ਿਆਦਾ ਹੁੰਦਾ ਹੈ ਕਿ ਮੇਰੇ ਨੂੰ ਗੁਰਮਤ ਜੀ ਨੂੰ ਸਮਾਪਤ ਮੇਰੇ ਸੰਸ਼ੀ ਦੀ ਕਾਲਜ ਸ਼ੁਰੂ ਤੋਂ ਇਸ ਦਾ ਪ੍ਰਚਾਰ ਕਰ ਰਿਹਾ ਹੈ ਇਹ ਜੀ ਸਭ ਤੋਂ ਵੱਡੀ ਸਟੈਂਥ ਹੈ ਸਟੈਂਥ ਹੈ ਜੀ ਆਜ ਤੱਕ ਇਸ ਨੂੰ ਨਹੀਂ ਛੱਡਿਆ ਵੈਰੀ ਗੁੱਡ ਇਹ ਕਹਿੰਦੇ ਸਭ ਤੋਂ ਵੱਡੀ ਸਟੈਂਥ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ गुरुद्वारा साहब संगत के रूप में बैठी हो गए या तो सब कुछ ज्यादा इस तरह इतने बैठी है उन्होंने गहरी सोच ना हो करके गुरमत की विचारधारा जी है वो साढ़े बच्चों साढ़े बड़े पीर जहाँ तो बच्चों का सेह लेनी है उन्होंने पते नहीं पै रहे जो भी तुम बोल रहे एक बार पूछ के देखो कि यह मेरिया गलत समझ आ रही है कि नहीं आ रही है यह साड़ी बहुत वही घाट है इसको किस तरह दूर किया जाए साड़ी मिशन किस तरह दूर कर जी गुरमत की विचारधारा है गुरबाणी तो क्यों भजते हैं बच्चे है पांच साल का बच्चा है पाठ को इन्ना समझता है साढ़े पले नहीं पता कबूतर को इन्ना समझता है साढ़े बड़े पीर के पले नहीं पता पर यह गुरमत की विचारधारा गुरु की सिक्ख्या जी है गुरबाणी की गुरु ग्रंथ साहब की यह साढ़े पले क्यों नहीं पै रही यही एक घाट है जिड़िया तुम्हें गलत की अच्छ अगे जा रहे हैं अगह की मदद लीजिए गल की कमी वाली गल कर ली अभी अभी कर लिया बच्चे डेढ़ लाख दो लाख बच्चा फेल होता है गुरमत क्लासा से साढ़े पब्लिक रिलेशन कहते हैं चलो लिख लीजिए हाँ जी हाँ जी तुम दसो जी और पिछले बोले हाँ जी हाँ जी बोलो बच्चे एक बच्चे ये समर क्लास जी लगती है स्ट्रेंथ है हाँ जी वीर जी तुम कह रहे हो निष्काम प्रचारक जो संस्था जुड़े हुए हैं एक साड़ी स्ट्रेंथ है वेरी गुड हाँ जी सर ਅਸੀਂ ਜਿਹੜਾ ਤੇ ਸਾਰੇ ਸਾਂਝਾ ਧਰਮ ਨੂੰ ਪ੍ਰਚਾਰ ਪ੍ਰਸਾਰ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੀ ਸਟੈਂਥ ਹੈ ਵੈਰੀ ਗੁੱਡ ਇਹ ਸਟੈਂਥ ਤੁਸੀਂ ਦੱਸਦੀ ਹੋ ਬਹੁਤ ਵਧੀਆ ਸਾਡੀਆਂ ਤੇ ਕੀ ਅਸੀਂ ਇਹਦਾ ਸਟੈਂਥ ਯੂਜ਼ ਕਰਦੇ ਹਾਂ ਮੈਂ ਵੀ ਕਹਿੰਦਾ ਸਟੈਂਥ ਸਾਡੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਆਪ ਨੂੰ ਸਮਰਪਿਤ ਕਰਤਾ ਇਹ ਸਟੈਂਥ ਹੈ ਅਸੀਂ ਸਿੱਖ ਧਰਮ ਦੀ ਰਹਿਤ ਮਰਿਆਦਾ ਜਿਹੜੀ ਹੈ ਜੋ ਅਕਾਲ ਤਖਤ ਤੋਂ ਪ੍ਰਮਾਣਿਤ ਹੈ ਉਹਨੂੰ ਪ੍ਰਚਾਰਦੇ ਹਾਂ ਪ੍ਰਸਾਰਦੇ ਹਾਂ ਉਹ ਤੇ ਅਮਲ ਕਰਦੇ ਹਾਂ ਇਹ ਸਾਡੀ ਸਟੈਂਥ ਹੈ ਸਾਡੇ ਕੋਲ ਸਟੈਂਥ ਹੈ ਵਰਕਰ ਦੀ ਸਟੈਂਥ ਹੈ ਸਾਡੇ ਕੋਲ ਬਹੁਤ ਮੈਨ ਪਾਵਰ ਹੈ ਜਿਹੜੀ ਕੰਮ ਕਰਨ ਲਈ ਤਿਆਰ ਹੈ ਭਾਵੇਂ ਕਮੀ ਸਾਡੀ ਅਸੀਂ ਕੰਮ ਨਹੀਂ ਲੈ ਪਾਉਂਦੇ ਉਹ ਸਾਡੀ ਕਮੀ ਚਾਹੀਦਾ ਬਟ ਸਟੈਂਥ ਹੈ ਸਾਡੇ ਕੋਲ ਬੜੀ ਮੈਨ ਪਾਵਰ ਹੈ ਇਹ ਸਾਡੀਆਂ ਧਾਰਮਿਕ ਕਲਾਸਾਂ ਤੇ ਸਾਡੀ ਮੈਗਜ਼ੀਨ ਤੇ ਸਾਡੇ ਦੋ ਸਾਲਾ ਕੋਰਸ ਤੇ ਸਾਡੇ ਪੇਪਰ ਤੇ ਸਾਡੀਆਂ ਬੱਚੀਆਂ ਤੇ ਕੀਰਤਨ ਦੇ ਸਾਡੇ ਪ੍ਰੋਗਰਾਮ ਤੇ ਸਾਡੇ ਕੰਪੀਟੀਸ਼ਨ ਤੇ ਸਾਡੇ ਬੱਚਿਆਂ ਦਾ ਸਾਡਾ ਜੁੜਦਾ ਤੇ ਸਾਰੀਆਂ ਸਾਡੀਆਂ ਸਟੈਂਥ ਦੂਜੇ ਕੋਲ ਲਈ ਗਏ ਇਹ ਸਾਡੀਆਂ ਸਟੈਂਥ ਨੇ ਡੈਫੀਨਿਟਲੀ ਨੇ
ਪਰ ਇਹਨਾਂ ਸਟੈਂਸ ਨੂੰ ਦੇਖ ਕੇ ਅਸੀਂ ਅੱਗੇ ਗੁਰੂਆਂ ਉੜੀਕੇ ਜਾਂ ਨਹੀਂ ਉੜੀਕੇ ਇਹ ਸਾਡਾ ਅਗਾਂਹ ਪੁੱਤਰਾਂ ਨਹੀਂ ਇਸ ਤਰ੍ਹਾਂ ਦੇ ਕੇ ਅਸੀਂ ਅੱਗੇ ਵੀ ਪ੍ਰੋਗਰਾਮ ਲਿਖੇ ਕਿ ਦੁਨੀਆ ਭਰ ਦੇ ਵਿੱਚ ਇਹਨਾਂ ਸਟੈਂਥ ਦੇ ਬੇਸ ਦੇ ਉੱਤੇ ਅਸੀਂ ਛਾ ਜਾਈਏ ਔਰ ਦੁਨੀਆ ਇਹ ਕਵੇ ਕਿ ਇਹਨਾਂ ਸਟੈਂਥ ਦੇ ਵਿੱਚ ਸਿਰਫ ਇੱਕੋ ਤੇ ਇੱਕ ਸੰਸਥਾ ਛਾਈ ਹੋਈ ਹੈ ਉਹ ਹੈ ਸਿੱਖ ਮਿਸ਼ਨ ਕਾਲਜ ਕਿਉਂ ਕਿਉਂਕਿ ਅਸੀਂ ਇਹਨਾਂ ਸਟੈਂਥ ਨੂੰ ਅੱਜ ਇੱਥੇ ਡਿਸਕਸ ਕੀਤਾ ਪਰ ਨਹੀਂ ਡਿਸਕਸ ਕਰ ਰਹੇ ਕਰਨਾ ਤਾਂ ਕੀ ਹੈ ਇਹ ਤਾਂ ਕਾਲਜ ਦੀ ਗੱਲ ਕਰ ਰਹੇ ਆਪਾਂ ਘਰ ਜਾ ਕੇ ਆਪਣੇ ਬਾਰੇ ਗੱਲ ਕਰਨੀ ਹੈ ਸਾਰੇ ਇੱਥੇ ਕਰੋਗੇ ਨਾ ਫਿਰ ਦੇਖਣਾ ਕੀ ਸਟੈਂਥ ਹੈ ਯੂਜ਼ ਕਰੀਏ ਵੀਕਨੈਸਿਸ ਕੀ ਕਾਲਜ ਦੀਆਂ ਕੋਈ ਦੱਸ ਸਕਦਾ ਤਾਂ ਵੀਕਨੈਸਿਸ ਦੇ ਗਏ ਕਾਲਜ ਦੀਆਂ ਵੈਰੀ ਗੁੱਡ ਇਹ ਕਹਿੰਦੇ ਨੇ ਕਿ ਅੱਜ ਜਿੱਦਾਂ ਇੰਟਰਨੈਟ ਤੇ ਦੁਨੀਆ ਛਾ ਰਹੀ ਹੈ ਮੈਸੇਜ ਇੱਕ ਸੈਕਿੰਡ ਦੇ ਕਨਵੇ ਕਰ ਲਈਏ ਪੂਰੇ ਵਰਲਡ ਵਾਈਡ ਔਰ ਅਸੀਂ ਕਹਿ ਕਿ ਸਾਡਾ ਮਿਸ਼ਨ ਹੈ ਦੁਨੀਆ ਭਰ ਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨਾ ਤੇ ਪ੍ਰਸਾਰਨਾ ਉਹਦੇ ਲਈ ਮੀਡੀਆ ਬਹੁਤ ਵੱਡਾ ਇੱਕ ਯੋਗਦਾਨ ਪੇ ਕਰ ਸਕਦਾ ਸੀ ਪਰ ਅਸੀਂ ਨਹੀਂ ਕਰ ਪਾਏ ਜਿੰਨੀਆਂ ਸਿੱਖ ਮਿਸ਼ਨਰੀ ਕਾਲਜ ਦੀ ਸਾਈਟਸ ਵੀ ਨੇ ਉਹਨਾਂ ਨੂੰ ਕੋਈ ਵੀ ਖੋਲ੍ਹਣ ਲਈ ਤਿਆਰ ਨਹੀਂ ਹੁੰਦਾ ਕੁਐਸਚਨ ਆਨਸਰ ਇੰਨੇ ਵਧੀਆ ਵਧੀਆ ਚੱਲਦੇ ਨੇ ਸਿੱਖ ਨੈਟ ਤੇ ਇੱਕ ਹੋਰ ਚੀਜ਼ ਤੇ ਉਹਨਾਂ ਦੇ ਕੁਐਸਚਨ ਦੇ ਆਨਸਰ ਸਾਡੇ ਵੀਰ ਬਹੁਤ ਵਧੀਆ ਦੇ ਸਕਦੇ ਨੇ ਪਰ ਕਮੀ ਹੈ ਕਿ ਸਾਡੇ ਵੀਰ ਆਪਣੇ ਆਪ ਨੂੰ ਫਿੱਟ ਨਹੀਂ ਕਰਦੇ ਪਏ ਇਹਨਾਂ ਚੀਜ਼ਾਂ ਦੇ ਵਿੱਚ ਤੇ ਬਹੁਤ ਵੱਡੀ ਕਮੀ ਹੈ ਥੈਂਕ ਯੂ ਵੈਰੀ ਮਚ ਜੀ ਬਹੁਤ ਕੀ ਕਮੀ ਹੈ ਜੀ ਕੋਈ ਬਹੁਤ ਕਮੀ ਹਾਂਜੀ ਵੀਰ ਜੀ ਹਾਂਜੀ ਕੋਈ ਨਹੀਂ ਦੱਸੋ ਹਾਂਜੀ ਵੀਰ ਜੀ ਵੈਰੀ ਗੁੱਡ ਕਹਿੰਦੇ ਨੇ ਪ੍ਰਚਾਰਕ ਦੇ ਗੁਣ ਜਿਹੜੇ ਨੇ ਉਹ ਦੱਸਦੇ ਜ਼ਰੂਰ ਆ ਪਰ ਅਸੀਂ ਧਾਰਨ ਨਹੀਂ ਕਰਦੇ ਪਏ ਨਾ ਵੈਰੀ ਗੁੱਡ ਹੈ ਜੀ ਫੀਲਡ ਵਰਕ ਤਾਂ ਅਸੀਂ ਬਿਲਕੁਲ ਨਹੀਂ ਕਰਦੇ ਇਹ ਸਾਡੀ ਕਮੀ ਹੈ ਵੈਰੀ ਗੁੱਡ ਥੈਂਕ ਯੂ ਜੀ ਕੀ ਕਹਿ ਰਹੇ ਜੀ ਤੁਸੀਂ ਕਿ ਜਿਹੜਾ ਇੱਕ ਵਾਰੀ ਬੰਦਾ ਫਸ ਗਿਆ ਉਹਨੂੰ ਧਰੂ ਲੈਂਦੇ ਆ ਤੇ ਬਾਕੀ ਬਚ ਜਾਂਦੇ ਆ
एक बंदा पढ़िए ओनू कह रिया तू मैगजीन तू दो साल कोर्स तू ने तू पासन तू दे बाद पांच जन का पैर पे बार आवे ना कर ना ये साडी हालात एक बहुत बड़ी है किसे सरपंच पूछिए कि जी साडा मिशनरी कॉलेज का एक ऑब्जेक्टिव है क्या गया है कि जितने भी सरपंच बने पांच जड़े ने पंचायत होवे तो उन पूछा जी पंचायत के मेंबर कितने दास 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 पांच में दास मैं पूछे मिशनरी कॉलेज साड़ी थे मैगजीन कौन देखता है दास ते बंदे बड़े हाल होते तो दास में बड़ी खास ही बनी है तो दास और दास कोई है ना परमजीत सिंह ना ते ऐसे सब जगह करता है ते और भी ऐसी लहर ने एक बंदा साथ में जुड़ गया ते अमरीक सिंह जी बैठे ने ते मिशनरी कॉलेज चंडीगढ़ पूछो एक बार तरह अमरीक सिंह एक बार तरह अमरीक सिंह एक बार तरह अमरीक सिंह ते अमरीक सिंह कितने दिन लंबा हो गए लंबा पाई जाए बेचारा ते जिन लंबा पाई गया फिर नवा लंबा गए फिर और कर देंगे ना ये मिशनरी कॉलेज बड़ी बड़ी कहाट है कि आप कदे रिस्पॉन्सिबिलिटीज नहीं डिवाइड कर पाए ना किसी काम दे पाए ये सारी कहाट है अज दुनिया दे विच हर बंदा पतित हो रहा है ईसाई पतित हो रहे ने मुस्लिम पतित हो रहे ने यहूदी पतित हो रहे ने ये सारे पतित हो रहे ने साडी बहुत वधिया फील्ड है कि अगर असीं उन्हां नूं पतित पड़े तो बचाउणा चाहुंदे आं गुरमति से दे दईए पतित पड़ा बच जाएगा अज सारे कुड़ियां नूं मारदे ने जम्मू तों पहले मारदे पए ने ते जाके असीं मौका मार के गुरु नानक पातशाह दा ते कह दईए सो प्यो बंदा आखिए जित जमे राजान और असीं ये मौका मार दईए और जा जाके पैर तेड़े शुरू कर दईए ते ये साडे लई इक अपॉर्चुनिटी है मौका है क्योंकि गुरु ग्रंथ साहिब दी जिहड़ी दित्ती होई वैल्यूज ने उह हर धर्म ते ढुकदियां ने हर बंदे ढुकदियां ने कोई ऐसा नहीं कह सकता कि ये प्रचार ना कह जा रहा है कि ये वैल्यू जिहड़ी दित्तियां आ रहीआं ने ये सिखां लई है नहीं ਹੈਗੀਆਂ ਨੇ ਨੌ ਸਿਕਸ ਤੇ ਨਹੀਂ ਹੈਗੀਆਂ ਤੇ ਸਾਡੀ ਬਹੁਤ ਵੱਡੀ ਓਪਰਚੁਨਿਟੀ ਹੈ ਮੌਕਾ ਹੈ ਕਿ ਅਸ ਸਾਰ ਬੁਰੀ ਤਰ੍ਹਾਂ ਅੱਜ ਬੁਰੇ ਹਾਲ ਹੋ ਚੁੱਕੇ ਨੇ ਕਿ ਅਸੀਂ ਉੱਤੇ ਜਾਈਏ ਛਾ ਜਾਈਏ ਮੈਂ ਆਮ ਤੌਰ ਤੇ ਬੱਚਾ ਪੁੱਛਦਾ ਕਿ ਬੱਚਾ ਤੁਹਾਨੂੰ ਬਹੁਤ ਕੀ ਅੱਛਾ ਲੱਗਦਾ ਹੈ ਕਹਿੰਦੇ ਜੀ ਅਸੀਂ ਤਾਂ ਫਾਲੋ ਕਰਦੇ ਹਾਂ ਵੈਸਟਰਨ ਨੂੰ ਵੈਸਟਰਨ ਮੀਨਸ ਉਹ ਵੈਸਟਰਨ ਅਮਰੀਕਾ ਉਹ ਵੈਸਟਰਨ ਪਰ ਮੈਂ ਹਮੇਸ਼ਾ ਕਹਿੰਦਾ ਵੈਸਟ ਕਦੇ ਵੀ ਈਸਟ ਤੋਂ ਅੱਗੇ ਨਹੀਂ ਹੋ ਸਕਦਾ ਅਸੀਂ ਈਸਟ ਵਾਲੇ ਹਾਂ ਉਹ ਪੱਛਮ ਵਾਲੇ ਨੇ ਅਸੀਂ ਪੂਰਬ ਵਾਲੇ ਹਾਂ ਜੋ ਸਾਡੇ ਕੋਲ ਹੈ ਨਾ ਸਰਮਾਇਆ ਅਸ ਦੁਨੀਆ ਤੱਕ ਪਹੁੰਚਾ ਦੀ ਇੱਕ ਗੱਲ ਬਣ ਗਈ ਉਹ ਪੱਛਮ ਵਾਲੇ ਹੋ ਅਮਰੀਕਾ ਵਾਲੇ ਹੋ ਤੁਸੀਂ ਸਾਡੇ ਬੱਚਿਆਂ ਤੋਂ ਲਗਾ ਲੈਂਦੇ ਹੋ ਰਾਤ ਨੂੰ ਪਰ ਤੁਹਾਡੇ ਦਮ ਨਹੀਂ ਕਿ ਤੁਸੀਂ ਸੂਰਜ ਨੂੰ ਆਪਣੇ ਦਿਲੋਂ ਤੋਂ ਪੈਦਾ ਕਰੋ ਸੂਰਜ ਹਮੇਸ਼ਾ ਪੂਰਬ ਤੋਂ ਪਹਿਲੇ ਪੈਦਾ ਹੁੰਦਾ ਹੈ ਹੁੰਦਾ ਨਾ ਗਿਆਨਤਾ ਜੋ ਹੈ ਉਹ ਇੱਥੇ ਹੈ ਅੱਜ ਇੰਗਲੈਂਡ ਯੂਐਸਏ ਕੈਨੇਡਾ ਆਸਟ੍ਰੇਲੀਆ ਯੂ ਗੋਇੰਗ ਟੂ ਟਾਕ ਟੂ ਐਨੀਬਾਡੀ ਹਰ ਕੋਈ ਕਹਿੰਦਾ ਹੈ ਕਿ ਮੈਂ ਧੀ ਲੈ ਕੇ ਆਣੀ ਹੈ ਆਪਣੇ ਪੁੱਤ ਲਈ ਮੀਨਸ ਮੈਂ ਨੂੰ ਲੈ ਕੇ ਆਣੀ ਹੈ ਜਾਂ ਆਪਣੀ ਧੀ ਲਈ ਪੁੱਤ ਲੈ ਕੇ ਆਣਾ ਹੈ ਤੇ ਮੈਂ ਇੰਡੀਆ ਤੋਂ ਲੈ ਕੇ ਆਵਾਂ ਅੱਜ ਕਿਉਂ ਲੱਗਦਾ ਸਭਿਅਤਾ ਜਿਹੜੀ ਹੈ ਉਹ ਇੰਡੀਆ 'ਚ ਹੈ ਅਸੀਂ ਵੈਸਟਰਨ ਨੂੰ ਫਾਲੋ ਕਰ ਰਹੇ ਹਾਂ ਵੈਸਟਰਨ ਕੀ ਦੇ ਰਿਹਾ ਹੈ ਛੋਟੇ ਛੋਟੇ ਕੱਪੜੇ ਪਾ ਲਓ ਪਰ ਅੱਜ ਉਹ ਬੰਦੇ ਫਿਰ ਆ ਰਹੇ ਨੇ ਈਸਟ ਨੂੰ ਫਾਲੋ ਕਰਦੇ ਪਏ ਨੇ ਤੇ ਵੱਡੇ ਵੱਡੇ ਚੋਗੇ ਪਾ ਰਹੇ ਨੇ ਪਰ ਕਿੰਨੇ ਅਮਰੀਕਨ ਜਿਹੜੇ ਨੇ ਸਿੰਘ ਸੱਜ ਰਹੇ ਨੇ ਕਿੰਨੀਆਂ ਅਮਰੀਕਨ ਲੇਡੀਜ਼ ਨੇ ਸਿੰਘ ਸੱਜ ਰਹੀਆਂ ਨੇ ਤੇ ਸਾਡੀ ਬੀਬੀਆਂ ਭਾਵੇਂ ਦਸਤਾਰ ਬੰਨਣ ਨਾ ਬੰਨਣ ਉਹ ਦਸਤਾਰ ਬੰਨ ਰਹੀਆਂ ਨੇ ਉਹ ਕਮਾਲ ਕਰ ਰਹੀਆਂ ਨੇ ਜੋ ਕੈਨੀਅਨ ਜੀਵਨ ਅਸੀਂ ਸਾਂਭ ਲਿਆ ਸਾਡੇ ਇੱਕ ਵੀਰ ਨੇ ਕਰੇ ਮੌਕਾ ਮਿਲ ਜੂ ਮਿਲ ਕੇ ਆਇਆ ਕਰੋ ਉਹਨਾਂ ਨੂੰ ਉਹ ਫਰਾਂਸ ਵਿੱਚ ਪੈਦਾ ਹੋਏ ਇੰਗਲੈਂਡ ਦੇ ਗਏ ਪੜੋਸੀ ਸਿੱਖ ਪਰਿਵਾਰ ਸੀ ਤੇ ਪੜੋਸੀ ਤੋਂ ਕਹਿੰਦੇ ਨੇ ਤੁਸੀਂ ਸਿੱਖ ਹੁੰਦਾ ਕੀ ਧਰਮ ਉਹਨੇ ਸਿੱਖ ਧਰਮ ਦੇ ਬਾਰੇ ਦੇਖਿਆ ਉਹਨੇ ਸਿੱਖ ਧਰਮ ਦੇ ਬਾਰੇ ਪਤਾ ਚੱਲਿਆ ਤੋ ਇੰਨਾ ਕਾਇਲ ਹੋ ਗਿਆ ਸਿੱਖ ਸੱਜ ਗਿਆ ਇੰਡੀਆ 'ਚ ਆਇਆ ਚੰਡੀਗੜ੍ਹ ਦੇ ਵਿੱਚ ਸਾਡੇ ਨਾਲ ਮੇਲ ਮਿਲਾਪ ਹੋਇਆ ਅਸੀਂ ਉੱਥੇ ਉਹਦਾ ਵਿਆਹ ਕਰਾਤਾ ਉਹਨੇ ਅੰਮ੍ਰਿਤਸਰ ਚੱਕਿਆ ਤੇ ਅੰਮ੍ਰਿਤ ਵੇਲੇ ਉਹਨੂੰ ਕਿਹਾ ਗਿਆ ਤੇਰੇ ਪੁਰਾਣੇ ਕੁਲਾਂ ਦਾ ਰਾਜ ਤੇਰਾ ਇਹ ਰਾਜ ਅੱਜ ਤੋਂ ਬਾਅਦ ਤੂੰ ਖਾਲਸਾ ਪੰਥ ਦਾ ਮੈਂਬਰ ਤੇ ਪਿਤਾ ਗੁਰੂ ਗੋਬਿੰਦ ਸਿੰਘ ਤੇਰੀ ਮਾਤਾ ਮਾਤਾ ਸਾਹਿਬ ਕੌਰ ਤੂੰ ਰਹਿਣ ਵਾਲਾ ਆਨੰਦਪੁਰ ਸਾਹਿਬ ਦਾ ਵਾਸੀ ਜਦ ਇਹ ਗੱਲਾਂ ਚੱਲੀਆਂ ਤੇ ਉਹਦੇ ਬੰਦੇ ਨੇ ਕੀ ਕੀਤਾ ਕਹਿੰਦਾ ਮੈਨੂੰ ਤਾਂ ਗੁਰੂ ਸਾਹਿਬ ਦਾ ਹੁਕਮ ਮਿਲ ਚੁੱਕਾ ਹੈ ਹੁਣ ਮੈਂ ਇੰਗਲੈਂਡ ਵਾਪਸ ਨਹੀਂ ਜਾਣਾ ਉਹਨੇ ਫਰਾਂਸ ਵਾਪਸ ਨਹੀਂ ਜਾਣਾ ਰੋਨਾਲਡੋ ਨਾਂ ਸੀ ਉਸ ਬੰਦੇ ਦਾ ਤੇ ਅੱਜ ਉਹ ਦਰਸ਼ਨ ਸਿੰਘ ਬਣ ਕੇ ਅੱਜ ਪੂਰੇ ਪੰਜਾਬ 'ਚ ਵਿਚਰਦਾ ਹੈ ਤੇ ਕੋਈ ਨਹੀਂ ਕਹਿੰਦਾ ਕਿ ਕਹਿੰਦਾ ਸਿੱਖੀ ਸਿੱਖਣੀ ਹੈ ਤੇ ਕਿਸ ਸਿੱਖ ਨੂੰ ਸਿੱਖੋ ਤੇ ਜਿਹਨੇ ਪੁੱਛਿਆ ਕਿਸੇ ਇਤਿਹਾਸ ਪੜ੍ਹਿਆ ਹੋਣਾ ਤੇ ਪੁੱਛਿਆ ਹੋਣਾ ਤਰ੍ਹਾਂ ਕੀ ਕੰਮ
ਕਿਹਨਾਂ ਆਪਣਾ ਜੀਵਨ ਨਿਰਵਾਹ ਕਰਾਂ ਤੇ ਸ਼ਾਇਦ ਕੋਈ ਗੱਲ ਨੂੰ ਨਜ਼ਰ ਆ ਗਈ ਤੇ ਉੱਥੇ ਸੁਣ ਲਿਆ ਉੱਤਮ ਖੇਤੀ ਮੱਧਮ ਵਪਾਰ ਨਿਖਿਤ ਨੌਕਰੀ ਖੇਤੀ ਕਰਨੀ ਸ਼ੁਰੂ ਕਰਤੀ ਅਨੰਦਪੁਰ ਦਾ ਵਾਸੀ ਅਨੰਦਪੁਰ ਸਾਹਿਬ ਦਾ ਵਾਸੀ ਬਣ ਗਿਆ ਨੂਰਪੁਰ ਮੇ ਦੀ ਥਾਂ ਹੈ ਉੱਥੇ ਥਾਂ ਦੇ ਉੱਤੇ ਜਗ੍ਹਾ ਲੈ ਕੇ ਕੰਮ ਕਰਨਾ ਸ਼ੁਰੂ ਕਰਤਾ ਅੱਜ ਪੂਰੇ ਵਰਲਡ ਨੂੰ ਦੱਸਦਾ ਪਿਆ ਹੈ ਕਿ ਕਦੇ ਵੀ ਕੋਈ ਕੈਮੀਕਲ ਖਾਦ ਨਹੀਂ ਯੂਜ਼ ਕਰਦਾ ਆਰਗੈਨਿਕ ਚੀਜ਼ਾਂ ਪ੍ਰੋਡਿਊਸ ਕਰਦਾ ਹੈ ਔਰ ਵੱਡੇ ਵੱਡੇ ਦੁਕਾਨਦਾਰ ਉਹਦੇ ਘਰ ਦੇ ਬਾਹਰ ਲਾਈਨ ਲਾ ਕੇ ਖੜਦੇ ਨੇ ਤੇ ਕਹਿੰਦੇ ਸਮਾਨ ਸਾਨੂੰ ਦੇ ਦੇ ਤੇ ਜਿਹੜਾ ਬੰਦਾ ਕਹਿੰਦਾ ਗੋਰਾ ਸਿੱਖ ਗੋਰਾ ਸਿੱਖ ਗੋਰਾ ਸਿੱਖ ਅਗਰ ਪਾਠ ਕਰਨਾ ਸਿੱਖਣਾ ਤੇ ਉਸ ਤੋਂ ਸਿੱਖੋ ਕਿੱਦਾਂ ਕਰਦਾ ਹੈ ਅੱਜ ਦੁਨੀਆ ਸਾਨੂੰ ਅਪਣਾਉਣ ਲਈ ਤਿਆਰ ਹੈ ਸਾਡੇ ਧਰਮ ਚ ਪ੍ਰਵੇਸ਼ ਪਾਉਣ ਲਈ ਤਿਆਰ ਹੈ ਤੇ ਕੀ ਕਮਾਲ ਸੀ ਕਿ ਅਗਰ ਮੈਸੇਜ ਅਸੀਂ ਪ੍ਰੋਪਰਲੀ ਆਪਣੇ ਬੱਚਿਆਂ ਦਿੱਤਾ ਹੁੰਦਾ ਤੇ ਕੋਈ ਬੱਚਾ ਜਿਹੜਾ ਹੈ ਕਦੇ ਵੀ ਪਤਕ ਨਾ ਹੁੰਦਾ ਅੱਜ ਬੱਚੇ ਨੇ ਇੱਕ ਵਾਰੀ ਭਾਈ ਤਾਰੂ ਸਿੰਘ ਦੀ ਫਿਲਮਾਂ ਦਿਖਾਈਆਂ ਨੇ ਮਿਸ਼ਨਰੀ ਕਾਲਜ ਵੱਲੋਂ ਕਈ ਥਾਂ ਦਿਖਾਈਆਂ ਨੇ ਔਰ ਜਿਹਨੇ ਫਿਲਮ ਦੇਖੀ ਹੈ ਆਸ਼ਾ ਸਪਰ ਹੈ ਤੇ ਕਿੰਨੇ ਬੱਚੇ ਸਾਡੇ ਕੋਲ ਆਏ ਨੇ ਕਹਿੰਦੇ ਅੱਜ ਤੋਂ ਬਾਅਦ ਕਸਮ ਖਾਂਦੇ ਆ ਇਹਨਾਂ ਕੇਸਾਂ ਨੂੰ ਕੈਂਚੀ ਨਹੀਂ ਲੱਗੇਗੀ ਉਹ ਨਹੀਂ ਲੱਗੀ ਕਿਉਂ ਜਦੋਂ ਮੈਸੇਜ ਪ੍ਰੋਪਰਲੀ ਕਨਵੇ ਹੋ ਗਿਆ ਤਾਂ ਕਿਹੜਾ ਮੈਥਡ ਯੂਜ਼ ਕੀਤਾ ਜਾਵੇ ਜਿਨ੍ਹਾਂ ਨੂੰ ਚੀਜ਼ ਪਹੁੰਚਾਈ ਜਾਵੇ ਅੱਜ ਮੈਂ ਕਹਿੰਦਾ ਕੋਈ ਐਸਾ ਇੱਥੇ ਵੀਰ ਭੈਣ ਨਹੀਂ ਬੈਠਾ ਜਿਸ ਵੀਰ ਭੈਣ ਨੇ ਭਾਈ ਤਾਰੂ ਸਿੰਘ ਮੂਵੀ ਦੇਖੀ ਹੋਵੇ ਤੇ ਜਿਹਦੀ ਆਪਣਾ ਚਸ਼ਮਾ ਨਿਕਲੇ ਹੋਵੇ ਸਾਨੂੰ ਸੰਤ ਵੀ ਸਾਨੂੰ ਸਿਪਾਹੀ ਬਣਨਾ ਪਏਗਾ ਤੇ ਫਿਰ ਪਹਿਲਾਂ ਲੈ ਕੇ ਅਸੀਂ ਨਿਕਲ ਗਏ ਤੇ ਗੱਲ ਬਣ ਜਾਏਗੀ ਵਧੀਆ ਗੱਲਾਂ ਨੇ ਕਰਨ ਲਈ ਮੌਕਾ ਮਿਲਦਾ ਤੇ ਅਸੀਂ ਕਰਾਂਗੇ ਅਗਰ ਫਿਰ ਕੋਸ਼ਿਸ਼ ਕਰਿਆ ਕਰਾਂਗੇ ਚੁਣਾਵਾਂ ਨੂੰ ਕਿਹਦੇ ਵਰਕਸ਼ਾਪ ਆਉਂਦੇ ਸੀ ਫਿਰ ਕੋਸ਼ਿਸ਼ ਕਰਾਂਗੇ ਸਾਡੇ ਯੰਗ ਵੀ ਸਾਨੂੰ ਬੁਲਾਉਣ ਕਦੇ ਜੰਮੂ ਜਾਂਦੇ ਆ ਕਦੇ ਹੋਰ ਥਾਵਾਂ ਜਾਂਦੇ ਆ ਵਧੀਆ ਵਧੀਆ ਵਰਕਸ਼ਾਪ ਲਾ ਕੇ ਆਉਂਦੇ ਆ ਸਾਡੀ ਚਾਹਤ ਇੱਕੋ ਹੀ ਹੈਗੀ ਹੈ ਵਰਕਸ਼ਾਪ ਦੇ ਥਰੂ ਜੋ ਮੈਸੇਜ ਵੀਕੇ ਕਨਵੇ ਉਹ ਮੈਸੇਜ ਕਿਤੇ ਵੀ ਕਨਵੇ ਕਰ ਸਕੇ ਇੱਥੇ ਸਿਰਫ 2 ਘੰਟਾ ਟਾਈਮ ਮਿਲਿਆ ਸੀ ਉਹ ਤੇ ਪੂਰਾ 6-6 ਘੰਟੇ ਦਾ ਟਾਈਮ ਲੈਂਦੇ ਆ 2 ਘੰਟੇ ਬੋਲਦੇ ਹੀ ਘੰਟਾ ਲਈ ਸਾਰੇ ਦਿੰਦੇ ਆ ਤੁਸੀਂ ਆਪ ਕਿਹੜੇ ਕੁਸ਼ਲ ਪੁੱਛਣਾ ਚਾਹੁੰਦੇ ਹੋ ਆਓ ਸਾਂਝ ਕਰੀਏ ਕੋਈ ਵੀ ਮੇਰਾ ਬੱਚਾ ਇੱਥੋਂ ਨਾ ਜਾਵੇ ਅਸੀਂ ਇਹ ਸੋਚਦੇ ਆ ਕਿ ਜਿਹਦੇ ਮਨ ਵਿੱਚ ਕੋਈ ਸ਼ੰਕਾ ਹੋਵੇ ਕੋਈ ਸ਼ੁਭਾ ਹੋਵੇ ਕੋਈ ਕੁਸ਼ਲ ਪੁੱਛਣਾ ਚਾਹੁੰਦਾ ਹੋਵੇ ਤੇ ਉਹ ਕੁਸ਼ਲ ਦਾ ਅਸੀਂ ਆਨਸਰ ਦੇ ਦਈਏ ਤੇ ਇੱਕ ਚੀਜ਼ ਚੱਲ ਜਾਂਦੀ ਹੈ ਮੈਂ ਪਿਛਲੇ ਹਫ਼ਤੇ ਜਮਨਗਰ ਇੱਕ ਕਾਲਜ ਕੁੜੀਆਂ ਦਾ 600 ਬੱਚੀਆਂ ਬੈਠੀਆਂ ਸੀ ਤੇ ਵਰਕਸ਼ਾਪ ਕੀਤੀ ਤੇ ਵਰਕਸ਼ਾਪ ਦਾ ਇੱਕੋ ਥੀਮ ਸੀਗਾ ਇੱਕ ਪਿਤਾ ਇੱਕ ਸਕੇਮ ਬਾਰੇ ਤੇ ਸ਼ਬਦ ਪੜਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਰ ਤੂੰ ਮੇਰਾ ਭਰਾਤਾ ਤੇ ਮੈਨੂੰ ਫੋਨ ਆ ਰਿਹਾ ਜੀ ਅੱਜ 7 ਦਿਨ ਹੋ ਚੁੱਕੇ ਨੇ ਵਰਕਸ਼ਾਪ ਨੂੰ ਸਾਡੇ ਮੂੰਹ ਵਿੱਚ ਕੋਈ ਸ਼ਬਦ ਹੀ ਨਹੀਂ ਆ ਰਿਹਾ ਤੇ ਰੋਜ਼ ਹੀ ਉਹ ਸ਼ਬਦ ਗਾਇਬ ਕਰਦੇ ਨੇ ਕਿਉਂਕਿ ਜਦ ਸ਼ਬਦ ਸਟਾਰਟ ਕੀਤਾ ਸੀ ਵਰਕਸ਼ਾਪ ਦਾ ਕੀਤੀ ਸ਼ਬਦ ਨਾਲ ਤੇ ਜਦ ਵਰਕਸ਼ਾਪ ਖਤਮ ਕੀਤੀ ਸ਼ਬਦ ਨਾਲ ਤੇ ਜਿਸਲੇ ਬੰਦੇ ਬਾਅਦ ਆ ਰਹੇ ਸੀ ਉਹ ਵੀ ਸ਼ਬਦ ਗਾਇਬ ਕਰਦੇ ਜਾ ਰਹੇ ਸੀ ਤੇ ਇਹ ਅਸਰ ਇੱਕ ਸ਼ਬਦ ਵੀ ਸਾਡੇ ਬੱਚੇ ਲੈ ਜਾਣਾ ਇਕਮਾਲ ਹੋ ਜਾਏਗਾ ਨਿਸਬਤ ਇਸ ਗੱਲ ਦੇ ਕਿ ਆਪਾਂ ਪੂਰੇ ਪੂਰੇ ਦਿਨ ਦਾ ਕੀਰਤਨ ਦਵਾ ਲਾਈਏ ਤੇ ਆਪਾਂ ਉਸ ਰਤ ਬੜਾ ਵਧੀਆ ਸਿਰ ਮਾਰੀਏ ਮਜ਼ਾ ਆ ਗਿਆ ਆਨੰਦ ਆ ਗਿਆ ਆਨੰਦ ਆ ਗਿਆ ਤੇ ਬਾਹਰ ਆ ਕੇ ਪੁੱਛੇ ਕਿਹੜਾ ਦਾ ਸ਼ੌਕ ਪੜਿਆ ਭਾਈ ਜਿਗਰ ਸਿੰਘ ਕਿਹੜਾ ਉਹ ਤੇ ਪਤਾ ਨਹੀਂ ਦੇਖ ਲਿਆ ਟੇਕ ਨੋ ਵਾਟਰ ਕਿਹੜਾ ਕਿਹੜਾ ਪੜਿਆ ਹੋਇਆ ਤਾਂ ਸੰਤ ਯਾਰ ਤੁਸੀਂ ਤਾਂ ਮਜ਼ਾ ਬਹੁਤ ਆ ਗਿਆ ਮਜ਼ਾ ਆਇਆ ਬਟ ਉਹ ਫ੍ਰੈਕਸ਼ਨ ਆਫ ਸੈਕਿੰਡ ਵੀ ਮਜ਼ਾ ਨਹੀਂ ਲੈਣਾ ਤੇ ਮਜ਼ਾ ਸਾਡੇ ਜੀਵਨ ਭਰ ਸਾਡੇ ਨਾਲ ਜਾਣਾ ਚਾਹੀਦਾ ਤੇ ਮਜ਼ਾ ਆਵੇ ਜੇ ਅਗਲੀ ਵਾਰੀ ਅਸੀਂ ਕਹੀਏ ਮੈਂ ਜੰਮੂ ਜਾਣਾ ਕਈ ਵਾਰੀ ਤੇ ਸਾਨੂੰ ਉਹ ਕਹਿ ਦਿੰਦੀਆਂ ਨੇ ਬੀਬੀਆਂ ਪਿਛਲੀ ਵਾਰੀ ਵਰਕਸ਼ਾਪ ਇਸ ਟਾਪਿਕ ਤੇ ਕੀਤੀ ਸੀ ਉਸੇ ਵਾਰ ਉਸ ਤੋਂ ਪਿਛਲੀ ਵਾਰੀ ਵਰਕਸ਼ਾਪ ਇਸ ਟਾਪਿਕ ਤੇ ਕੀਤੀ ਸੀ ਤੇ ਸ਼ਬਦ ਸਾਨੂੰ ਭੁੱਲਦਾ ਹੀ ਨਹੀਂ ਅੱਜ ਸਾਨੂੰ ਇਹ ਚੀਜ਼ ਲੈ ਕੇ ਆਣੀ ਪਏਗੀ ਕਾਲਜਿਸ ਯੂਨੀਵਰਸਿਟੀਜ਼ ਇੰਜੀਨੀਅਰਿੰਗ ਕਾਲਜ ਸਾਰੀਆਂ ਥਾਵਾਂ ਤੇ ਜਾਣਾ ਪਏਗਾ ਸਾਨੂੰ ਪ੍ਰਚਾਰ ਕਰਨਾ ਪਏਗਾ ਫਿਜ਼ਿਕਸ ਦੀ ਗੱਲ ਕਰੀਏ ਕੈਮਿਸਟਰੀ ਦੀ ਗੱਲ ਕਰੀਏ ਨਾਲ ਗੁਰਮਤ ਦੀ ਗੱਲ ਕਰੀਏ ਫਿਰ ਦੇਖਦੇ ਸਾਡੇ ਕੋਲ ਬੱਚਾ ਸਾਡੇ ਕੋਲ ਕਿੱਥੇ ਦੂਰ ਜਾਏਗਾ ਜਿਸ ਦਾ ਅਸੀਂ ਕਰਨਾ ਸ਼ੁਰੂ ਕਰਤਾ ਦਾ ਬਣ ਜਾਏਗੀ ਬੜੇ ਗਿਣਤੀ ਤੇ ਮੈਂ ਕੋਈ ਵੱਧ ਕੱਟ ਕੇ ਜਾਂ ਉਹਦੀ ਮਾਫੀ ਚਾਹਦਾ ਪਰ ਇੱਕ ਕਿਉਂਕਿ ਮੇਰੀ ਆਦਤ ਹਮੇਸ਼ਾ ਹੁੰਦੀ ਹੈ ਤੰਗ ਕਰਕੇ ਜਾਂ ਸਾਰੇ ਨੂੰ ਤੇ ਮੈਂ ਤੰਗ ਕਰਕੇ ਦੇ ਜਾਣਾ ਤੁਹਾਨੂੰ ਨਹੀਂ ਅਗਾਂ ਪੁੱਤਰਾਂ ਦੀ ਗੱਲ ਕਰਨੀ ਹੈ ਤੇ ਹੁਣ ਸਾਰੇ ਸਾਰੇ ਆਪਣੇ ਆਪਣੇ ਪੇਜ ਦੇ ਉੱਤੇ ਪਹਿਲੇ ਆਪਣਾ ਨਾਮ ਲਿਖੋ ਜੀ ਨਾ ਨਾ ਹੋਰ ਪਤਾ ਫੋਨ ਨੰਬਰ ਬੱਚੇ ਨਾਮ ਲਿਖਣ ਪਾਓ ਵੱਡੇ ਜਿਹਨੇ ਪਿਛਲੇ ਬੈਠੇ ਨੇ ਇਹਨਾਂ ਨੇ ਆਪਣੇ ਸਰਕਲ ਦਾ ਨਾਮ ਆਪਣਾ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਦੇਣਾ ਕੰਟੈਕਟ ਨੂੰ ਭੈਣ ਜੀ ਤੁਸੀਂ ਲਿਖਣਾ ਹੈ ਜੀ ਵੀਰ ਤੁਸੀਂ ਲਿਖਣਾ ਸਰ ਤੁਸੀਂ ਲਿਖਣਾ ਸਰ ਸਾਰੇ ਲਿਖਣਾ ਤੁਸੀਂ ਲਿਖਣਾ ਸਰ ਤੁਸੀਂ ਕਿੱਥੇ ਤੁਹਾਡਾ ਪੈਨ ਲਿਖੋ ਜੀ ਹਾਂ ਜੀ ਸਾਰੇ ਲਿਖੋ ਬੇਟਾ ਤੁਹਾਡਾ ਪੈਨ ਲਿਖੋ ਸਭ ਨੇ ਲਿਖਣਾ ਨਾਮ ਪਤਾ ਤੇ ਨੀਚੇ ਲਿਖਣਾ ਟੈਲੀਫੋਨ ਨੰਬਰ ਜਾਂ ਕੰਟੈਕਟ ਨੰਬਰ ਓਕੇ ਲਿਖੋਗੇ ਜੀ ਹਾਂ ਜੀ ਹੈਡ ਆਫਿਸ ਤੋਂ ਕੌਣ ਬੈਠਾ ਇੱਥੇ ਹੈਡ ਆਫਿਸ ਤੋਂ ਤੁਸੀਂ ਬੈਠੇ ਤੁਸੀਂ ਬੈਠੋ ਵੈਰੀ ਗੁੱਡ ਕੋਈ ਡਾਟਾ ਹੈ ਤੁਹਾਡੇ ਕੋਲ ਜੀ ਇਧਰ ਆਓ ਜੀ ਕਿਉਂ ਹੈਡ ਆਫਿਸ ਤੋਂ ਆਣਾ ਤੁਸੀਂ ਹੈਡ ਆਫਿਸ ਤੋਂ ਆਇਆ ਨਹੀਂ ਜੀ ਆਜੋ ਆਜੋ ਤੁਹਾਡਾ ਹਾਂ ਜੀ ਕੋਈ ਦੋ ਬੰਦੇ ਆਪਣਾ ਤਾਵੇ ਲੈ ਕੇ ਆਓ ਤੁਸੀਂ ਵੀ ਆਪਣਾ ਤਾਵੇ ਲੈ ਕੇ ਆਣਾ ਹਾਂ ਜੀ ਜਿੰਨੇ ਮੇਰੀ ਗੱਲ ਸੁਣ ਰਹੇ ਨੇ ਆਵਾਜ਼ ਸੁਣ ਰਹੇ ਨੇ ਇਹ ਜਿਹੜੇ ਮੇਰੇ ਵੀਰ ਬਾਹਰ ਬੈਠੇ ਨੇ ਸੋਚਣ ਕਿ ਮੈਂ ਉਹਨੂੰ ਨਹੀਂ ਕਹਿ ਰਿਹਾ ਸਾਰੇ ਨੇ ਆਪਣੀ ਪੈਨ ਦੇ ਉੱਤੇ ਕੋਈ ਕਾਪੀ ਲੈਣੀ ਹੈ ਤੇ ਕਾਪੀ ਤੇ ਲੈਣਾ ਅਗਾਂ ਪ੍ਰੋਗਰਾਮ ਦੀ ਗੱਲ ਕਰਿਆ ਬੱਤੇ ਹਲੇ ਨਾਮ ਐਡਰੈਸ ਤੇ ਫੋਨ ਨੰਬਰ ਲਿਖਣਾ ਹੈ ਜੇ ਤੁਹਾਨੂੰ ਨਹੀਂ ਪੜ ਸਕੀਏ ਗੱਲ ਕਰ ਸਕੀਏ ਵੱਡਿਆਂ ਨੇ ਤੁਸੀਂ ਲਿਖਦੇ ਹੋ ਨਾ ਜੀ ਵੱਡੇ ਬੱਚੇ ਭਾਵੇਂ ਲਿਖਣਾ ਤਾਂ ਬਾਅਦ ਲਿਖਣਾ ਤੁਸੀਂ ਪੈਸੇ ਲਿਖ ਲਿਆ ਵੈਰੀ ਗੁੱਡ ਤੇ ਮੈਂ ਇੱਕ ਡਾਟਾ ਦੇ ਲੱਗਾ
ਇਹ ਸਾਡੀ ਮੈਗਜ਼ੀਨ ਹੈ ਵੀਡੀਓ ਜਨਾਬ ਸਿੱਖ ਫਲਵਾਰੀ ਸਾਡੀ ਮੈਗਜ਼ੀਨ ਹੈ ਹੈ ਨਾ ਜੀ ਮੈਗਜ਼ੀਨ ਪਰ ਮੈਂ ਦਾਅਵੇ ਨਾਲ ਕਹਿੰਦਾ ਇਸ ਮੈਗਜ਼ੀਨ ਦਾ ਮੁਕਾਬਲਾ ਕੋਈ ਨਹੀਂ ਹੈ ਇੱਦਾਂ ਦੀ ਧਾਰਮਿਕ ਕੋਈ ਪੁਸਤਕ ਧਾਰਮਿਕ ਮੈਗਜ਼ੀਨ ਇਜ਼ ਨਾਟ ਅਵੇਲੇਬਲ ਇਹ ਬਹੁਤ ਵਧੀਆ ਮੈਗਜ਼ੀਨ ਹੈ ਹਰ ਵਾਰੀ ਇੰਪਰੂਵਮੈਂਟ ਹੋ ਰਹੀ ਹੈ ਇਹਦੇ ਪਰ ਇੰਪਰੂਵਮੈਂਟ ਹੁੰਦੀ ਜਾਏਗੀ ਇੱਥੇ ਹੁਣੇ ਬੈਠੇ ਸੀ ਅਜੀਤ ਸਿੰਘ ਜੀ ਸਾਹਿਬ ਚਲੇ ਬਾਅਦ ਇਹ ਮੈਗਜ਼ੀਨ ਦੇ ਸੰਪਾਦਕ ਜਿਹੜੇ ਬੁੱਕ ਸੰਪਾਦਕ ਪ੍ਰਿੰਸੀਪਲ ਹਰਭਜਨ ਸਿੰਘ ਤੇ ਉਹਦੇ ਨਾਲ ਸੰਪਾਦਕ ਜਿਹੜੇ ਨੇ ਸਰਦਾਰ ਅਜੀਤ ਸਿੰਘ ਜੀ ਤੇ ਮੈਗਜ਼ੀਨ ਵਨ ਆਫ ਦਾ ਟੌਪ ਮੈਗਜ਼ੀਨ ਹੈ ਇਸ ਵੇਲੇ ਮੈਂ ਕਹਿ ਰਿਹਾ ਦਾਅਵੇ ਨਾਲ ਕਹਿ ਰਿਹਾ ਇਹ ਮੈਗਜ਼ੀਨ ਤੁਹਾਨੂੰ ਲੱਗਦਾ ਕਿਸੇ ਲੱਗਦਾ ਮੈਂ ਥਾਟ ਹੈ ਤਾਂ ਆਕੜਾ ਤਾਂ ਨਹੀਂ ਦੱਸ ਦਿਓ ਨਹੀਂ ਇਹ ਟੌਪ ਦਾ ਮੈਗਜ਼ੀਨ ਹੈ ਤੇ ਇਹਦੀ ਪਹੁੰਚ ਕਰੇ ਪਹੁੰਚ ਕਿਸੇ 70,000 ਘਰ ਦੇ ਵਿੱਚ 70,000 ਘਰ ਦੇ ਹੈ ਜੀ ਇਹ ਸੀ ਨਾ ਤੇ ਅੱਜ ਕਿੰਨੀ ਹੈ ਹੈ ਜੀ 40 ਡਿਗਰੀ ਅਗਾਂ ਪੁੱਤਰਾਂ ਹਾਂ ਜੀ ਗੁਰਬਚਨ ਅਬਦੁਲ ਚਰਸੀ ਮਿਲੀ ਕਿਤੇ ਕਿ ਮੇਰੇ ਪਤੀ ਅਗਾਂ ਪੁੱਤਰਾਂ ਤਾਂ ਉਹ ਫਤਿਹ ਨਾਲ ਇਹਨੂੰ ਚਕਾਰੇ ਨਾਲ ਇਹਨਾਂ ਨੂੰ ਲੈ ਕੇ ਦਈਏ ਵਾਹਿਗੁਰੂ ਜੀ ਕਾ ਖਾਲਸਾ।